खालसा वाहेगुरु जी की फतेह। अज असी जलंधर के पक्का बाग प्रबंधक कमेटी वालों छोटे साहबजादे का नगर कीर्तन सजाया गया। साढ़े ना इतने जे वार्ड के प्रधान भी और गुरुद्वारे के प्रधान भी आप गलबात करते हैं शहरी चड्डा जी। शहरी जी जो अज का नगर कीर्तन हैगा वा वो बारे दस जोड़ा अज आ गुरु गोबिंद सिंह महाराज के लगते जिगर बाबा जोरावर सिंह बाबा फतेह सिंह की शहीदी दिहाड़े अज जो कि गुरुद्वारा पक्का बाग की संगत वालों नगर कीर्तन सजाया गया है। आप जी देख दो कि संगत कितना उत्साह है और ये पोह के महीने में जो कि शहीदी दिहाड़े और गुरु गोबिंद सिंह महाराज ने पूरा परिवार वारता। मैं उस मालिक अगे ही अरदास करा कि पूरी कौम नू बल बख्शे, उदम बख्शे और बाणी बख्शे। इस तरह हर साल आप जी शहीदी दिहाड़े मनाए जाए। वाहेगुरु जी का खालसा। शहरी जी कड़ा नगर कीर्तन सजाया गया कितों की लैके कितने गए नगर कीर्तन? ये गुरुद्वारा पक्का बाग तो सजाया गया है और पंजाब केसरी दी ग्राउंड तो होंदे हुए नया बाजार, मलाब चौंक, रैनक बाजार, टिक्की वाला चौंक, शेखा बाजार तो वापसी आली महल पुला तो पुली तो होंदे हुए ज्योति चौंक च समाप्ति गुरुद्वारा साहब फिर होएगी। ਸਾਡੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਆ, ਆਪਾਂ ਗੱਲਬਾਤ ਕਰਦੇ ਹਾਂ ਸਰ। ਅੱਜ ਦਾ ਕਿਹੜਾ ਛੋਟੇ ਸਾਹਿਬਜ਼ਾਦਿਆਂ ਦਾ ਨਗਰ ਕੀਰਤਨ? ਉਸਦੇ ਪਹਿਲਾਂ ਤਾਂ ਮੈਂ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆ, ਨਿੰਕਾਰੀ ਜੋਤ ਗੁਰਦੁਆਰਾ ਪੱਕਾ ਬਾਗ ਔਰ ਕੌਂਸਲਰ ਜਿਹੜਾ ਸਾਡੇ ਇਲਾਕੇ ਦਾ ਸ਼ਹਿਰੀ ਜਿਹੜਾ, ਉਹ ਹਰ ਸਾਲ ਜਿਹੜਾ ਉਹ ਨਗਰ ਕੀਰਤਨ ਜਿਹੜਾ ਸਾਹਿਬਜ਼ਾਦਿਆਂ ਨੂੰ ਸਮਰਪਿਤ ਜਿਹੜਾ ਕਰਾਉਂਦਾ ਆ ਰਿਹਾ। ਇਹ ਇੱਕ ਲੋਕਾਂ ਦੇ ਵਿੱਚ ਜਿਹੜਾ ਸ਼ਹਾਦਤ ਦਾ ਜਿਹੜਾ ਇੱਕ ਮੈਸੇਜ ਹੈ, ਇੱਕ ਸੰਦੇਸ਼ ਹੈ, ਉਹ ਦੇਣ ਦਾ ਉਪਰਾਲਾ ਹੈ। ਔਰ ਮੈਂ ਜਲੰਧਰ ਸ਼ਹਿਰ ਦੀਆਂ ਸਾਰੀਆਂ ਹੀ ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ ਔਰ ਸਾਰੀਆਂ ਹੀ ਗੁਰੂ ਨਾਨਕ ਨਾਮ ਲੇਵਾ ਜਿੰਨੀਆਂ ਵੀ ਜਥੇਬੰਦੀਆਂ ਔਰ ਜਾਂ ਸੰਗਤਾਂ ਨੇ, ਮੈਂ ਉਹਨਾਂ ਨੂੰ ਸ਼ਹਾਦਤ ਦੇ ਦਿਨਾਂ ਦੇ ਵਿੱਚ ਉਸ ਗੁਰੂ ਸਾਹਿਬਾਨ ਅੱਗੇ ਸ਼ਹਾਦਤ ਦੇ ਲਈ ਸਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਅਰਦਾਸ ਕਰਨ ਲਈ ਮੈਂ ਅਪੀਲ ਕਰਦਾ ਔਰ ਆਪਣੇ ਵੱਲੋਂ ਬੇਨਤੀ ਕਰਦਾ ਕਿ ਵਾਹਿਗੁਰੂ ਪਰਮਾਤਮਾ ਇਹਨਾਂ ਸਾਰਿਆਂ ਨੂੰ ਸਮਤ ਬਖਸ਼ੇ, ਜਿਹਦੇ ਨਾਲ ਕਿ ਜਿਹੜੀਆਂ ਸਾਡੇ ਲਸਾਨੀ ਸ਼ਹਾਦਤਾਂ ਨੇ ਉਹਨਾਂ ਨੂੰ ਇੱਦਾਂ ਹੀ ਯਾਦਗਾਰ ਬਣਾਈ ਰੱਖਣ। ਅਸੀਂ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਅੱਜ ਨਗਰ ਕੀਰਤਨ ਛੋਟੇ ਸਾਹਿਬਜ਼ਾਦਿਆਂ ਦਾ ਸਜਾਇਆ ਗਿਆ, ਤੁਸੀਂ ਦੇਖ ਰਹੇ ਹੋ ਪੰਜ ਪਿਆਰਿਆਂ ਦੀ ਗਵਾਹੀ ਹੇਠ ਦੇ ਵਿੱਚ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਹੈਗਾ। ਜਿਹੜਾ ਜਲੰਧਰ ਦੇ ਪੱਕਾ ਬਾਗ ਪੰਜਾਬ ਕੇਸਰੀ ਗਰਾਊਂਡ ਤੋਂ ਸਟਾਰਟ ਹੋ ਕੇ ਅਲੱਗ ਅਲੱਗ ਬਾਜ਼ਾਰਾਂ 'ਚੋਂ ਹੁੰਦੇ ਹੋਏ ਜਿਹੜਾ ਨਗਰ ਕੀਰਤਨ ਨਿਕਲੇਗਾ, ਉਸ ਤੋਂ ਬਾਅਦ ਜਿਹੜਾ ਪੰਜਾਬ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਕਾ ਬਾਗ 'ਚ ਸਮਾਪਤ ਕੀਤਾ ਜਾਏਗਾ। ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਪੰਜ ਪਿਆਰਿਆਂ ਦੀ ਗਵਾਹੀ ਹੇਠ ਜਿਹੜਾ ਨਗਰ ਕੀਰਤਨ ਸਜਾਇਆ ਗਿਆ, ਜਿਹੜਾ ਬਾਬਾ ਜੀ ਦੇ ਫੁੱਲਾਂ ਨਾਲ ਸੱਜੀ ਹੋਈ ਪਾਲਕੀ ਜਿਹੜਾ ਤੁਸੀਂ ਦੇਖ ਰਹੇ ਹੋ, ਸੱਜੀ ਹੋਈ ਪਾਲਕੀ ਦਰਸ਼ਨ ਬਾਬਾ ਜੀ ਦੇ ਅਸੀਂ ਤੁਹਾਨੂੰ ਕਰਵਾ ਰਹੇ ਹੈਗੇ। ਬਾਬਾ ਜੀ ਦੇ ਕੀਰਤਨ ਜਿਹੜੇ ਕੀਤੇ ਜਾ ਰਹੇ ਨੇ, ਜਿਹੜੇ ਸੇਵਾਦਾਰਾਂ ਵੱਲੋਂ ਕਿਹੜੇ ਬਾਬਾ ਜੀ ਦੀ ਫੁੱਲਾਂ ਦੀ ਪਾਲਕੀ ਸੱਜੀ ਗਈ ਹੈ, ਤੁਸੀਂ ਦੇਖ ਰਹੇ ਹੋ ਫੁੱਲਾਂ ਦੇ ਨਾਲ ਕਿਹੜੀ ਸੱਜੀ ਹੈ, ਬਾਬਾ ਜੀ ਦੇ ਦਰਸ਼ਨ ਕੀਤੇ ਜਾ ਰਹੇ। ਛੋਟੇ ਸਾਹਿਬਜ਼ਾਦਿਆਂ ਦੇ ਸੰਬੰਧ ਦੇ ਵਿੱਚ ਕਿਹੜਾ ਅਲੱਗ ਅਲੱਗ ਬਾਜ਼ਾਰਾਂ 'ਚ ਹੁੰਦੇ ਹੋਏ ਪੱਕਾ ਬਾਗ ਪ੍ਰਬੰਧਕ ਕਮੇਟੀ 'ਚ ਖਤਮ ਕੀਤਾ ਜਾਏਗਾ। ਕੈਮਰਾਮੈਨ ਸਾਜਨ ਦੇ ਨਾਲ ਸੋਨੂੰ ਮਹਾਜਨ, ਜਗਬਾਣੀ ਟੀਵੀ ਜਲੰਧਰ।